ਨਾਂ ਦੱਸੋ ਪਹਿਲਾਂ ਬਲਜੀਤ ਸਿੰਘ ਸਾਨੂੰ ਤੁਹਾਡਾ ਕੀ ਮਨਿੰਦਰ ਸਿੰਘ ਇਹ ਕਿੱਥੇ ਦੇ ਰਹਿਣ ਵਾਲੇ ਭਾਈ ਤੁਸੀਂ ਕਪੂਰਵੰਡ ਹਾਂਜੀ ਭਾਜੀ ਇਹਨਾਂ ਦਾ ਆਲਰੇਡੀ ਜਗ੍ਹਾ ਆ ਇਹ ਕਿਹਦੀ ਜਗ੍ਹਾ ਹੈ ਸਵਰਨਪੁਰ ਇਹ ਕਦੋਂ ਦੇ ਇੱਥੇ ਇਹਨਾਂ ਦਾ ਕਬਜ਼ਾ ਆ ਸਾਡੇ ਜੰਮਣ ਤੋਂ ਦੇਖਦੇ ਆ ਸਾਡੀ ਜਦ ਦੇਖਦੇ ਇੰਨੇ ਕਾ ਛੋਟੇ ਛੋਟੇ ਸੀਗੇ ਇਹੀ ਕਬਜ਼ਾ ਇਹਨਾਂ ਦਾ ਅੱਛਾ ਤੇ ਹੁਣ ਆ ਜਿਹੜੀ ਆ ਬਹੁਤ ਸਾਰੀ ਗੱਲ ਇਹ ਕਹਿੰਦੇ ਆ ਆਏ ਸੀ ਉਹ ਕੀ ਦੱਸੋਗੇ ਤੁਸੀਂ ਉਦਣ ਕੀ ਦੇਖਿਆ ਰਫਲਾ ਪਤਾਲ ਕੋਲ ਸੀਗੇ ਟਿੱਟਾ ਲਿਆ ਕੇ ਬਣ ਲਾ ਪਿਆ ਕਿੰਨੇ ਬੰਦੇ ਆਏ ਸੀ ਜੀ ਸੀਗੇ ਸੱਤ ਅੱਠ ਜਾਣੇ ਜਦੋਂ ਤੁਸੀਂ ਦੇਖੋ ਫਿਰ ਕੀ ਕਹਿੰਦੇ ਸੀ ਇਹਨਾਂ ਨੂੰ ਕੀ ਕਿਹਾ ਇਹਨਾਂ ਨੂੰ ਵੀ ਅਸੀਂ ਕੀ ਕਰਨਾ ਪਤਾ ਨੀ ਕੀ ਕਿਹਾ ਪੱਠੇ ਵੱਢਣ ਲੱਗ ਪਿਆ ਪਤਾ ਡਰਦੇ ਵੱਢਣ ਲੱਗ ਪਿਆ ਦੋ ਮਗਰ ਨੀ ਪਾਉਣ ਲੱਗ ਪਿਆ ਉਹਨਾਂ ਨੇ ਰੱਖੀਆਂ ਦੋ ਚਾਰ ਉਹਨਾਂ ਨੇ ਇਹਨਾਂ ਬਜ਼ੁਰਗਾਂ ਨੂੰ ਮਾਤਾ ਸਵਰਨ ਕੌਰ ਨੂੰ ਜਾਂ ਨੋਹਾਂ ਨੂੰ ਜਾਂ ਪਿਸਤੌਲ ਦਿਖਾ ਕੇ ਸਾਡੇ ਕੋਲ ਪੱਠੇ ਫਿਰ ਕੋਈ ਪੁਲਿਸ ਵਾਲਾ ਹੋਰ ਕੋਈ ਪਿੰਡ ਦਾ ਜਾਂ ਕੋਈ ਆਇਆ ਮੁਲਾਜ਼ਮ ਸਰਪੰਚ ਆਇਆ ਸੀਗਾ ਮਾਤਾ ਸਵਰਨ ਕੌਰ ਜੀ ਜਾਣਦੇ ਜੀ ਹਾਂਜੀ ਸਾਡੇ ਲਾਗੇ ਇਹਨਾਂ ਦਾ ਜ਼ਮੀਨ ਸਾਡੀ ਇਹਨਾਂ ਦੀ ਤੇ ਇਹਨਾਂ ਦੀ ਜਿਹੜੀ ਆਹ ਜ਼ਮੀਨ ਆ ਇਹ ਕਿਹਨਾਂ ਦੀ ਇਹਨਾਂ ਦੀ ਆ ਜਾਂ ਜ਼ਮੀਨ ਵੇਚੀ ਸੀਗੀ ਉਹਨਾਂ ਦਾ ਪਤਾ ਨੀ ਕਿੱਥੇ ਕਬਜ਼ਾ ਹੈਗਾ ਇਹ ਤੇ ਇਹਦਾ ਥੱਲੇ ਅਸੀਂ ਦੇਖਦੇ ਆ ਹਾਰ ਵਾਲਾ ਇਹਨਾਂ ਦਾ ਹੈਗਾ ਜੀ ਤੇ ਜਿਹੜੀ ਉਹਦੀ ਭੈਣਾਂ ਨੇ ਮਾਤਾ ਦੀਆਂ ਭੈਣਾਂ ਨੇ ਜ਼ਮੀਨ ਵੇਚੀ ਸੀਗੀ ਹਾਂਜੀ ਲਕਸ਼ਮਣ ਸਿੰਘ ਨੂੰ ਬੰਦ ਕਰਾਤਾ ਮੁੜ ਕੇ ਨੀ ਗੱਲ ਸੁਣੀ ਕਬਜ਼ਾ ਕੌਣ ਕਰਨ ਆਇਆ ਸੀ ਉਹ ਜਿਹਨੇ ਕਹਿੰਦੇ ਖਰੀਦਿਆ ਸਾਨੂੰ ਤਾਂ ਹੁਣ ਪਤਾ ਵੀ ਨਹੀਂ ਕਬਜ਼ਾ ਤਾਂ ਅਸੀਂ ਇਹਨਾਂ ਨੇ ਦੇਖਦਾ ਕੋਈ ਨੀ ਨੀ ਪੱਟੀ ਕੋਈ ਹੋਰ ਨੀ ਹੋਇਆ ਉੱਥੇ ਕਬਜ਼ਾ ਵੀ ਕਰਨ ਆਏ ਹੋਣਗੇ ਤੇ ਕੋਈ ਪੁਲਿਸ ਵਾਲੇ ਵੀ ਆਏ ਸੀ ਪੁਲਿਸ ਵਾਲੇ ਦੇਖੇ ਮੈਂ ਵੈਸੇ ਦੇਖਿਆ ਨੀ ਉਦਾਂ ਜੀ ਤੁਹਾਨੂੰ ਦੱਸਿਆ ਸੁਣਿਆ ਸੀ ਪੁਲਿਸ ਵਾਲੇ ਆਏ ਹੋਏ ਸੀਗੇ ਕੁਰਸੀਆਂ ਡਿੱਠੀਆਂ ਦੇਖੀਆਂ ਸੀਗੀਆਂ ਜਿਹੜੇ ਕਬਜ਼ਾ ਕਰਨ ਆਏ ਸੀ ਤੁਹਾਨੂੰ ਕਿਸੇ ਨੇ ਦੱਸਿਆ ਵੀ ਪੁਲਿਸ ਵਾਲੇ ਸੀ ਜਾਂ ਕਿੱਦਾਂ ਕੁਛ ਉਹ ਤਾਂ ਇੱਕ ਦੋ ਦਿਨ ਪਹਿਲਾਂ ਵੀ ਅਸੀਂ ਆਏ ਸੀ ਇਹਨਾਂ ਦੇ ਘਰ ਵੀ ਦੱਸਣ ਆਏ ਸੀਗੇ ਜੀ ਕੁੱਪ ਕੱਪ ਚੱਕੋ ਜੀ ਅਸੀਂ ਖਰੀਦ ਲਈ ਏਦਾਂ ਸੁਣ ਤੁਹਾਡੇ ਫਾਦਰ ਦਾ ਨਾਂ ਕੀ ਡਾਕਟਰ ਤੁਸੀਂ ਕਿੱਥੇ ਰਹਿੰਦੇ ਹੋ ਇੱਥੇ ਕਪੂਰਵੰਡ ਅੱਡਾ ਕਪੂਰਵੰਡ ਹਾਂਜੀ ਤੁਸੀਂ ਇਹਨਾਂ ਦੀ ਇੱਥੇ ਜਗ੍ਹਾ ਜਿਹੜੀ ਜਗ੍ਹਾ ਦਾ ਰੌਲਾ ਪਾਉਂਦੇ ਹੋ ਉੱਥੇ ਕਬਜ਼ਾ ਕਿਹਦਾ ਇਸ ਵੇਲੇ ਕਬਜ਼ਾ ਕਬਜ਼ਾ ਮਾਤਾ ਦੀ ਪ੍ਰਾਪਰਟੀ ਆਪਣੀ ਆ ਲਕਸ਼ਮਣ ਸਿੰਘ ਕਹਿ ਰਹੇ ਮੇਰੀ ਜਗ੍ਹਾ ਕਹਿਣ ਤੁਸੀਂ ਵੀ ਕਹਿ ਸਕਦੇ ਮੇਰੀ ਲੇਕਿਨ ਜਿਹੜੀ ਪ੍ਰਾਪਰਟੀ ਨੇਮ ਚ ਆ ਨਾ ਬਾਈ ਨੇਮ ਹੈ ਉਹ ਪ੍ਰਾਪਰਟੀ ਉਹਦੀ ਆ ਨਾ ਕਿਸੇ ਹੋਰ ਦੀ ਹੋ ਸਕਦੀ ਹੈ ਕਈ ਕਹਿ ਰਹੇ ਮੇਰੀ ਹੈ ਤੁਸੀਂ ਵੀ ਕਹਿੰਦੇ ਮੇਰੀ ਹੈ ਉਹ ਕਹਿੰਦਾ ਮੈਂ ਰਜਿਸਟਰੀ ਕਰਾਈ ਹੈ ਬਗੈਰ ਨੰਬਰ ਤੋਂ ਕਿਉਂ ਕਰਾਈ ਥਰਡ ਪਾਰਟੀ ਦਾ ਉਹ ਦੂਜਾ ਨੰਬਰ ਪਾਉਣ ਦਾ ਕੀ ਆਈਡੀਆ ਜਿਹੜਾ ਨੰਬਰ ਆਪਣਾ ਪਾਉਂਦਾ ਥਰਡ ਪਾਰਟੀ ਦਾ ਨੰਬਰ ਪਾ ਕਿਉਂ ਵੇਚੀ ਇਹ ਜਗ੍ਹਾ ਵੇਚੀ ਇਹਨਾਂ ਨੇ ਜਾਂ ਹੋਰ ਕਿਸੇ ਨੇ ਵੇਚੀ ਆ ਇਸ ਬਾਰੇ ਆਪਾਂ ਨੀ ਨੋਲੇਜ ਸਾਡਾ ਹੀ ਨਵੇਂ ਬੰਦੇ ਆਏ ਆ ਕਿਸੇ ਨੇ ਵੇਚੀ ਕਿਸੇ ਨੇ ਵੇਚੀ ਅੱਛਾ ਤੁਸੀਂ ਉਦਣ ਜਿੱਦਣ ਇਹ ਕਹਿੰਦੇ ਆਏ ਆ ਇੱਥੇ ਚੌਵੀ ਤਰੀਕ ਦੇ ਬਾਰੇ ਉਦੋਂ ਚੌਵੀ ਤਰੀਕ ਤੁਸੀਂ ਕੀ ਦੇਖਿਆ ਇਹ ਦੇਖਿਆ ਕਿਸੇ ਸਰਦਾਰ ਸੀਗਾ ਸਿਵਲ ਵਰਦੀ ਦਾ ਤਿੰਨ ਗਨਮੈਨ ਸੀ ਉਹਦੇ ਅੱਛਾ ਸਟੇਨ ਕਰਨਾ ਪਾਈਆਂ ਸੀ ਛੋਟੀ ਛੋਟੀਆਂ ਸਬੂਤ ਦਿਖਾ ਲੋ ਉਹਨੇ ਕੋਈ ਸਬੂਤ ਨੀ ਦਿਖਾ ਲਿਆ ਬੀਬੀ ਤੱਕ ਇੱਟਾਂ ਮਾਰਨ ਦੀ ਕੋਸ਼ਿਸ਼ ਕੀਤੀ ਉਹ ਡਰਦੇ ਛੱਡ ਕੇ ਦੌੜ ਗਏ ਪੱਕੇ ਪੈਰ ਹੁੰਦੇ ਕਿਉਂ ਦੌੜੇ
ਉਹਨਾਂ ਨੇ ਇਹਨਾਂ ਨੂੰ ਗਾਲਾਂ ਗੋਲਾਂ ਵੀ ਕੱਢੀਆਂ, ਗਾਲਾਂ ਕੱਢੀਆਂ ਕਰਕੇ ਬਈ ਪਛਾਣੇ ਨਹੀਂ ਸੀ ਇਹਨਾਂ ਤੋਂ, ਇਹ ਨੀ ਪਹੁੰਚਦੇ ਜੋ ਕੋਈ ਧੱਕੇ ਨਾ ਪਾਉਣੀ ਆ, ਗਾਲੀ ਗਲੋਚ ਪੈਂਦਾ ਜਦ ਤਾਂ ਥੋੜੀ ਦੌੜਨ ਡਿਆ ਸੀ ਉਹਦਾ ਉਹ। ਇਹਨਾਂ ਨੇ ਕੀ ਆ ਪੱਠੇ ਪੁੱਠੇ ਵੀ ਕਹਿੰਦੇ ਵਢਾਏ ਧੱਕੇ ਨਾ ਜਾ ਕੇ ਪੱਠੇ ਵਾਢੇ ਉਹਨੀ ਸਾਰੇ ਪੱਠੇ ਵੇਚ ਦੇ ਇੱਟਾਂ ਸਿੱਟ ਸਿੱਟ ਕੇ ਇਹਨਾਂ ਦੀ ਪ੍ਰਾਪਰਟੀ, ਕਹਿੰਦੇ ਪੱਠੇ ਹੱਕ ਪਿਛਲੇ ਪੱਠੇ ਵੱਢਣੇ ਜਾਂ ਫੇਰ ਦਾ ਕੀ ਹੱਕ ਆ ਕਿਸੇ ਨੂੰ। ਮੌਕੇ ਤੇ ਕੋਈ ਸਰਪੰਚ ਜਾਂ ਤੁਹਾਡਾ ਕੋਈ ਸਰਪੰਚ ਮੌਕੇ ਤੇ ਆਇਆ, ਸਰਪੰਚ ਨੇ ਕਿਹਾ ਇੱਥੋਂ ਨਹੀਂ ਵਗਣਾ, ਉਹ ਕਹਿੰਦੇ ਜੀ ਵਗਣਾ, ਸਰਪੰਚ ਕਹਿੰਦਾ ਭਾਈ ਵਗੜ ਕੇ ਦਿਖਾਓ ਤੇ ਨਹੀਂ ਰੋਕ ਕੇ ਦਿਖਾਉਂਦੇ ਆ, ਮੌਕੇ ਤੇ ਜੀ ਰੋਕਿਆ ਦੌੜ ਗਿਆ। ਤੇ ਪੁਲਿਸ ਵਾਲੇ ਵੀ ਆਏ ਸੀ, ਪੁਲਿਸ ਪੁਲਿਸ ਦੇਖਿਆ ਨੀ ਕੋਈ ਮੌਕੇ ਤੇ।